ਆ ਵਿਗਿਆਨਿਕਾਂ ਨੇ ਕੀ ਦਸਤਾਨੇ ਜੇ ਚੜਾ ਕੇ ਆ ਕਿਹੜਾ ਐਕਸਪੈਰੀਮੈਂਟ ਕਰਨ ਲੱਗ ਗਈ ਤੂੰ। ਓਹੋ ਆ ਗਈ ਅੱਗ ਲੱਗ ਗਈ ਅੱਗ ਲੱਗ ਗਈ ਅੱਗ ਲੱਗ ਗਈ ਪਵਨ ਅੱਗ ਲੱਗ। ਮੰਮੀ ਨਾ ਡਰੋ ਨਾ ਡਰੋ। ਓਹੋ ਹਾਂਜੀ ਇਹ ਐਕਸਪੈਰੀਮੈਂਟ ਵੀ ਕਾਫੀ ਵਾਇਰਲ ਹੋ ਰਿਹਾ ਸੀ ਤੇ ਆਪਾਂ ਸੋਚਿਆ ਕਿਉਂ ਨਾ ਆਪਾਂ ਕਰਕੇ ਦੇਖੀਏ ਵੀ ਇਹ ਵਰਕ ਕਰਦਾ ਕਿ ਨਹੀਂ ਕਰਦਾ। ਓਹੋ ਹਾਰਪਿਕ ਤੇਰੇ ਹੱਥਾਂ ਤੇ ਪੈ ਗਿਆ, ਹੱਥ ਸੜ ਸੁੜ ਜਾਣਗੇ। ਨਾ ਨਾ ਤਾਂ ਹੀ ਤਾਂ ਆਪਾਂ ਗਲਵਸ ਚੜਾਈ ਐ। ਠੀਕ ਹਾਂਜੀ ਇਹ ਕਿੱਥੇ ਜਮਾਉਣਾ, ਕਿੱਥੇ ਐਕਸਪੈਰੀਮੈਂਟ ਪਾਵਾ ਨਾ? एक्सपेरिमेंट आपा अजमावांगे अपने वॉशरूम दे विच। अच्छा वॉशरूम च। हाँ जी ठीक। एक वीडियो देखी थी 100 मिलियन होई खड़ी थी। हाँ जी आपा वो देख लिए कि सच्ची है कि झूठी है। बिल्कुल जी। हाँ जी आपा हार्पिक जेड़ा एक डिस्पोजल ग्लास दे विच पा लिया। ठीक हाँ जी ते एदे विच आपा एक दो चीजा होर मिक्स करांगे ते फिर एदा देखांगे भी किद्दां रिएक्ट करदा ते ਇਹ ਹੈ ਜਿਹੜਾ ਕਿ ਫਾਇਦਾ ਕਰਦਾ ਵੀ ਹੈ ਕਿ ਨਹੀਂ ਕਰਦਾ। ਹਾਂ ਕਰਦਾ ਵੀ ਹੈ ਕਿ ਲੋਕ ਮੂਰਖੀ ਬਣਾਈ ਜਾਂਦੇ ਆ। ਹਾਂਜੀ ਇਹਦੇ ਚ ਆਪਾਂ ਜੀ ਪਾਵਾਂਗੇ ਬੇਕਿੰਗ ਸੋਡਾ। ਠੀਕ ਠੀਕ ਹੈ ਜੀ। ਹਾਂਜੀ ਇੰਨਾ ਕੱਪ ਆਪਾਂ ਪਾ ਲੈਣੇ ਆ ਇਹਦੇ ਵਿੱਚ। ਠੀਕ ਵੇਖੀ ਕਿਤੇ ਧੂਆਂ ਜਿਹਾ ਨਿਕਲ ਲੱਗ ਗਿਆ, ਅੱਗ ਨਾ ਲੱਗ ਜੇ। ਹਾਂ ਦੇਖੋ ਰਿਐਕਸ਼ਨ ਜੀ ਤਾਂ ਹੋਣ ਲੱਗ ਗਈ ਆ। ਆ ਗਈ ਅੱਗ ਲੱਗ ਗਈ ਅੱਗ ਲੱਗ ਗਈ ਅੱਗ ਲੱਗ ਗਈ ਪਵਨ ਅੱਗ। ਮੰਮੀ ਨਾ ਡਰੋ ਨਾ ਡਰੋ। ਓਹੋ ਓਹੋ ਪਵਨ ਅੱਗ ਲੱਗ ਗਈ ਸੀ ਵਿੱਚ ਤਾਂ। ਉਹ ਨਹੀਂ ਨਹੀਂ ਸੰਧੂ ਸਾਹਿਬ ਆ ਦੇਖੋ ਕਿਵੇਂ ਕਿਸ ਤਰ੍ਹਾਂ ਬਣ ਗਿਆ ਹਨਾ। ਆ ਤਾਂ ਬਹੁਤ ਗਾੜਾ ਜਿਹਾ ਬਣ ਗਿਆ। ਹਾਂਜੀ ਇਹ ਰਿਐਕਸ਼ਨ ਕਰ ਰਿਹਾ ਹੈਗਾ ਜਿਹੜਾ ਕਿ ਇਹਦੇ ਵਿੱਚ ਹਾਰਪਿਕ ਦੇ ਵਿੱਚ ਇਹ ਰਿਐਕਸ਼ਨ ਕਰ ਰਿਹਾ ਜਿਹੜਾ ਆਪਾਂ ਇਹਦੇ ਵਿੱਚ ਸੋਡਾ ਪਾਇਆ ਹੋਇਆ ਬੇਕਿੰਗ ਸੋਡਾ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਪਾਣੀ। ਠੀਕ ਆ ਦੇਖੋ ਜਿਹੜਾ ਹੋਰ ਵੀ ਇਹ ਬਾਹਰ ਆ ਰਿਹਾ ਤੇ ਹੁਣ ਆਪਾਂ ਇਹਨੂੰ ਲਿਜਾਣੇ ਆ ਵਾਸ਼ਰੂਮ ਦੇ ਵਿੱਚ ਤੇ ਦੇਖਦੇ ਆ ਇਹ ਵਰਕ ਕਰਦਾ ਕਿ ਨਹੀਂ ਕਰਦਾ। ਦੇਖਦੇ ਆ ਕਿਤੇ ਗੱਪ ਮੈਂ ਤਾਂ ਅੱਗੇ ਅੱਗ ਲੱਗ ਚੱਲੀ ਸੀ ਤੈਨੂੰ। ਮੈਂ ਤਾਂ ਦੋਸਤੋ ਆਪਦੇ ਘਰੇ ਨਾ ਜਮਾਇਓ, ਮੈਂ ਤੁਹਾਨੂੰ ਪਹਿਲਾਂ ਦੱਸੀ ਜਾਂਦਾ ਬਹੁਤ ਜ਼ਿਆਦਾ ਰਿਐਕਸ਼ਨ ਕਰਦਾ ਤੇ ਤੁਸੀਂ ਦੂਜਾ ਜਦੋਂ ਵੀ ਤੁਸੀਂ ਇਹ ਟ੍ਰਿਕ ਅਪਣਾਓ ਆਪਦੇ ਬੱਚਿਆਂ ਤੋਂ ਥੋੜਾ ਜਿਹਾ ਦੂਰ ਹੋ ਕੇ ਅਪਣਾਓ ਕਿਉਂਕਿ ਆਹ ਚੀਜ਼ ਜੇ ਆਪਣੇ ਹੱਥ ਤੇ ਲੱਗ ਜੇ ਤਾਂ ਹੱਥ ਜਿਹੜਾ ਆਪਣਾ ਸੜਨ ਲੱਗ ਜੂਗਾ। ਇਸ ਕਰਕੇ ਆਪਾਂ ਜਿਹੜੇ ਕਿ ਗਲਵਸ ਪਾਏ ਹੋਏ ਆ। ਜੈਸ਼ ਨੇ ਕਿਵੇਂ ਗੰਦ ਮਾਰਿਆ ਹੋਇਆ ਬਾਥਰੂਮ ਦੇ ਵਿੱਚ। ਹਾਂ ਹਾਂ ਤੇ ਇਹ ਦੇਖਦੇ ਆ ਸਾਫ਼ ਹੁੰਦਾ ਕਿ ਨਹੀਂ, ਪਤਾ ਨਹੀਂ ਉਹਨੇ ਕੀ ਕਲਰ ਜਾਂ ਘਸਾਤਾ ਹੈਗਾ, ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ। ਅੱਛਾ ਫਿਰ ਇਹਦੇ ਨਾਲ ਫਾਰਮੂਲੇ ਨਾਲ ਆਪਾਂ ਦੇਖਦੇ ਆਂ ਵੀ ਇਹਦੇ ਨਾਲ ਮੈਂ ਪਹਿਲਾਂ ਸਾਬਣ ਉਦੋਂ ਕੀਤਾ ਸੀਗਾ ਬ੍ਰਸ਼ ਜਾਂ ਮਾਰਿਆ ਸੀ ਪਰ ਨਹੀਂ ਲਿਆ। ਮੈਂ ਕਿਹਾ ਚਲੋ ਆਪਾਂ ਵੀ ਆਹ ਟ੍ਰਿਕ ਅਪਣਾ ਕੇ ਦੇਖਦੇ ਆਂ ਵੀ ਇਹਦੇ ਨਾਲ ਕਲੀਨ ਹੁੰਦਾ ਕਿ ਨਹੀਂ ਹੁੰਦਾ। ਉਹ ਇਹਦੇ ਨਾਲ ਤਾਂ ਨਾਲ ਦੀ ਨਾਲ ਹੀ ਕਲੀਨ ਹੋਈ ਜਾਂਦਾ। ਬਿਲਕੁਲ ਯਾਰ ਆ ਤਾਂ ਕਲੀਨ ਹੋਈ ਜਾਂਦਾ ਸੱਚੀ। ਇਹ ਤਾਂ ਮੈਨੂੰ ਲੱਗਦਾ ਨਾ ਸੱਚੀ ਆ ਜਿਹੜਾ ਆਪਾਂ ਹਾਰਪਿਕ ਪਾਇਆ ਤੇ ਵਿੱਚ ਇਹਦੇ ਆਹ ਬੇਕਿੰਗ ਸੋਡਾ ਪਾਇਆ ਹੋਇਆ ਇਹਦਾ ਰਿਐਕਸ਼ਨ ਆ ਜਿਹੜਾ ਕਮਾਲ ਕਰ ਰਿਹਾ। ਬਿਲਕੁਲ ਲੈ ਤਾਂ ਪੂਰੀਆਂ ਕਲੀਨ ਆ ਦੇਖੋ ਕਿਤੇ ਆ ਟੇਲਾਂ ਵੀ ਇਹਨਾਂ ਨਾਲ ਤੇ ਇਹਦੇ ਨਾਲ ਵੀ ਕਿੰਨਾ ਫਰਕ ਪਿਆ ਹਨਾ। ਬਹੁਤ ਜ਼ਿਆਦਾ ਪੈ ਗਿਆ ਫਰਕ। ਆ ਦੇਖੋ ਇਹ ਤਾਂ ਪੂਰੀ ਜਲੇਬ ਲਈ ਆਂਦੀ ਆ। ਇਹਦਾ ਮਤਲਬ ਇਹ ਟ੍ਰਿਕ ਕੰਮ ਕਰਦੀ ਆ। ਬਿਲਕੁਲ ਲੈ ਹੁਣ ਆਪਾਂ ਨੀਚੇ ਵੀ ਇਤਰੋਂ ਕਲੀਨ ਕਰਨੀ। ਹੁਣ ਆ ਜਿਹੜੀਆਂ ਹੁਣ ਕਲਰ ਵਾਲੀਆਂ ਹੁੰਦੇਗਾ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਇਹਨਾਂ ਤੇ ਮੈਲ ਲੱਗਦਾ ਵੀ ਹੈ ਹੀ ਨਹੀਂ। ਹਾਂ ਹਾਂ ਕਿਉਂਕਿ ਇਹ ਤੇ ਲਿਖਦੇ ਆ ਲਿਖਦੇ ਆ ਨੇ। ਆ ਤਾਂ ਪਵਨ ਬਹੁਤ ਜ਼ਿਆਦਾ ਨਵੀਂ ਬਣ ਗਈ। ਕਮਾਲ ਹੋ ਗਈ ਯਾਰ ਦੇਖ ਤੁਸੀਂ ਟੂਟੀਆਂ ਵੀ ਸਾਫ਼ ਹੋ ਗਿਆ। ਵਾਈਟ ਵਾਈਟ ਜਿਹਾ ਹੋਇਆ ਪਿਆ ਨਾ। ਹਾਂ ਆ ਨਵਾਂ ਬਣਾ ਤਾ ਜਿਵੇਂ ਐਤਕੀ ਸਾਰੀ ਲਵਾਇਆ ਹੁੰਦਾ। ਆਪਾਂ ਇਧਰੋਂ ਸਾਰਾ ਹੀ ਕਲੀਨ ਕਰ ਲੈਨੇ ਆ ਨਾਲੇ ਤਾਂ ਇਹਨੇ ਨਾ ਆਪਣਾ ਇਹ ਵਾਸ਼ਰੂਮ ਚੰਗੀ ਤਰ੍ਹਾਂ ਹੋ ਗਿਆ ਕਲੀਨ ਤੇ ਨਾਲੇ ਆਪਾਂ ਆਪਣਾ ਜੈਕਟ ਪਵਣ ਯਾਰ ਇੱਕ ਵਾਰੀ ਤਾਂ ਸਾਰਾ ਕੁਝ ਉੱਤਰ ਗਿਆ ਤੇ ਹੁਣ ਆਪਾਂ ਜਿਹੜਾ ਕਿ ਪਾਣੀ ਨਾਲ ਧੋ ਕੇ ਵੇਖਦੇ ਆ। ਆ ਦੇਖ ਆ ਤਾਂ ਸਾਰੀ ਗਾਲ ਜੀ ਸਾਰਾ ਮੈਂ ਕਹਿੰਦਾ ਲਿਸ਼ਕਾ ਮਾਰਨ ਲੱਗ ਗਿਆ। ਇਹ ਆ ਵੇਖੋ ਜਿਹੜੀ ਆ ਸਟੀਲ ਆ ਜਿਹੜੀ ਚਮਕਦੀ ਆ ਨਾ। ਬਿਲਕੁਲ ਕਿੰਨੀ ਸੋਹਣੀ ਬਣ ਗਿਆ। ਇਹ ਸੀਗੀ ਆਪਣੀ ਇੱਕ ਛੋਟੀ ਜਿਹੀ ਅੱਜ ਦੀ ਵੀਡੀਓ ਜਿਹਦੇ ਚ ਆਪਾਂ ਤੁਹਾਨੂੰ ਟ੍ਰਿਕ ਦੱਸੀ ਆ ਤੁਸੀਂ ਕਿੱਦਾਂ ਮਤਲਬ ਕਿ ਆਪਦੇ ਟਾਈਲਾਂ ਵਗੈਰਾ ਕਲੀਨ ਕਰ ਸਕਦੇ ਹੋ ਤੇ ਵਾਕਈ ਬਹੁਤ ਕੰਮ ਕੀਤਾ ਇਸ ਟ੍ਰਿਕ ਨੇ। ਸੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਪੇਜ ਨੂੰ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ। ਧੰਨਵਾਦ ਜੀ।